Subscribe now and press the bell icon. Never miss an update. ਸਾਰਾ ਜਵਲਚੀ ਜੈਬੀਮ ਮੈਂ ਵਿਸ਼ਾਲ ਰਵਟ ਤਾਂ ਇੱਕ ਸਾਰੇ ਬੇਨਤੀ ਹੈ ਕਿ ਆਹ ਜਿਹੜੀ ਵੀਡੀਓ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਤੇ ਸਾਰਿਆਂ ਨੂੰ ਬਹੁਤ ਧੰਨਵਾਦ ਹੋਊਗਾ ਕਿ ਜਿਹੜਾ ਪਵਨ ਧੀਰਥ ਤੇ ਖੜੇ ਆ ਜੀ ਆਹ ਦੇਖੋ ਜੀ ਪਵਨ ਵਾਲਮੀਕੀ ਤੀਰਥ ਜਿਹਨੂੰ ਅਕਸਰ ਲੋਕ ਰਾਮ ਤੀਰਥ ਦੇ ਨਾਂ ਤੋਂ ਜਾਣਦੇ ਆ ਇਸ ਦਾ ਨਾਂ ਰਾਮ ਤੀਰਥ ਨਹੀਂ ਹੈਗਾ ਕਿਉਂਕਿ ਇਸ ਤੀਰਥ ਨਾ ਸ਼੍ਰੀ ਰਾਮ ਚੰਦਰ ਲਵ ਕੁਸ਼ ਨਾਲ ਯੁੱਧ ਕਰਨ ਆਏ ਸੀਗੇ ਸ਼੍ਰੀ ਰਾਮ ਚੰਦਰ ਦਾ ਨਾ ਅੰਮ੍ਰਿਤਸਰ ਜਨਮ ਹੋਇਆ ਨਾ ਸ਼੍ਰੀ ਰਾਮ ਚੰਦਰ ਜੀ ਅੰਮ੍ਰਿਤਸਰ ਰਹਿੰਦੇ ਰਹੇ ਆ ਉਹ ਸਿਰਫ ਲਵ ਕੁਸ਼ ਨਾਲ ਯੁੱਧ ਕਰਨ ਆਏ ਸੀ ਹੁਣ ਕਿਸੇ ਦੇ ਘਰ ਕੋਈ ਲੜਾਈ ਕਰਨਾ ਉਹ ਚੱਲ ਜਾਵੇ ਤਾਂ ਉਹ ਘਰ ਉਹਦਾ ਨਹੀਂ ਹੋ ਜਾਂਦਾ ਜਿਹਦਾ ਘਰ ਹੁੰਦਾ ਉਹਦੇ ਘਰ ਰਹਿੰਦਾ ਤਾਂ ਪਰਮਾਤਮਾ ਵਾਲਮੀਕੀ ਮਾਰੇ ਇੱਥੇ ਸੀਗੇ ਹੁਣ ਸੀਤਾ ਨੂੰ ਆਸਰਾ ਦਿੱਤਾ ਲਵ ਕੁਸ਼ ਦਾ ਪਾਲਣ ਪੋਸ਼ਣ ਕੀਤਾ ਉਹਨੂੰ ਸਿੱਖਿਆ ਦਿੱਤੀ ਤਾਂ ਪਵਨ ਵਾਲਮੀਕੀ ਤੀਰਥ ਨਾ ਕਿ ਰਾਮ ਤੀਰਥ ਤਾਂ ਰਾਮ ਤੀਰਥ ਨਾਲ ਕਹੇ ਮੁੱਖ ਮੰਤਰੀ ਸਾਹਿਬ ਪੂਰੇ ਵਾਲਮੀਕੀ ਸਮਾਜ ਦੀ ਅਪੀਲ ਆ ਇਹਨੂੰ ਰਾਮ ਤੀਰਥ ਨਾਲ ਕਿਹਾ ਜਾਵੇ ਨਾ ਸਰਕਾਰੀ ਕਾਗਜ਼ ਰਾਮ ਤੀਰਥ ਲਿਖਿਆ ਜਾਵੇ ਤਾਂ ਇਹਨੂੰ ਜਲਦੀ ਜਲਦੀ ਕੀਤਾ ਜਾਵੇ ਤਾਂ ਜਿੰਨੇ ਵੀ ਸਾਡੇ ਆਟੋ ਵਾਲੇ ਬੱਸਾਂ ਵਾਲੇ ਉਹਨਾਂ ਨੂੰ ਵੀ ਵਾਰ ਵਾਰ ਅਪੀਲ ਆ ਇਹਨੂੰ ਰਾਮ ਤੀਰਥ ਨਾਲ ਕਿਹਾ ਜਾਵੇ ਇਹਨਾਂ ਨਾਲ ਪਵਨ ਵਾਲਮੀਕੀ ਦਾ ਤੀਰਥ ਹੈ ਤਾਂ ਪਵਨ ਵਾਲਮੀਕੀ ਤੀਰਥ ਹੀ ਕਿਹਾ ਜਾਵੇ ਆਹ ਦੇਖੋ ਜੀ ਪਵਨ ਵਾਲਮੀਕੀ ਤੀਰਥ ਰਾਮ ਤੀਰਥ ਨਾ ਕਿਹਾ ਜਾਵੇ ਤਾਂ ਸਾਰੀ ਸੰਗਤ ਨੂੰ ਬੇਨਤੀ ਰਾਮ ਤੀਰਥ ਨਹੀਂ ਕਿਹਾ ਕਹਿਣਾ ਪਵਨ ਵਾਲਮੀਕੀ ਤੀਰਥ ਕਹਿਣਾ ਮੁੱਖ ਮੰਤਰੀ ਪੰਜਾਬ ਤੱਕ ਆਹ ਵੀਡੀਓ ਪਹੁੰਚਾ ਦਿਓ ਜੀ ਜੈ ਵਾਲਮੀਕੀ ਜੈ ਭੀਮ